ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਜੇ ਤੁਸੀਂ ਪੁਰਾਣੀਆਂ ਵੀਡੀਓ ਦੇਖ ਲਈਆਂ ਤਾਂ ਬਹੁਤ-ਬਹੁਤ ਧੰਨਵਾਦ ਜੇ ਨਹੀਂ ਦੇਖੀਆਂ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਲੋਕ ਸਭਾ ਦੀ ਇੱਕ ਮੈਂ ਪਲੇਲਿਸਟ ਬਣਾਈ ਹੋਈ ਹੈ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਮੈਂ ਸ਼ੁਰੂ-ਸ਼ੁਰੂ 'ਚ ਹੀ ਮਿੰਤ ਕਰ ਲੈਣੀ ਐ ਐਂਡ ਤੱਕ ਤਾਂ ਤੁਸੀਂ ਪਹੁੰਚਦੇ ਨਹੀਂ ਅੱਜ ਜਿਹੜਾ ਅਗਲਾ ਹਲਕਾ ਆਪਾਂ ਗੱਲ ਕਰਾਂਗੇ ਫਤੇਗੜ ਸਾਹਿਬ ਰਿਜ਼ਰਵਡ ਹਲਕਾ ਆ ਤੇ ਸਭ ਤੋਂ ਪਹਿਲਾਂ ਇਸ ਹਲਕੇ ਦੇ ਜਿਹੜੇ 9 ਵਿਧਾਨ ਸਭਾ ਹਲਕੇ ਇਹਨਾਂ ਵਿੱਚ ਪੈਂਦੇ ਨੇ ਉਹ ਹੈਗੇ ਨੇ ਬੱਸੀ ਪਠਾਣਾ ਫਤਿਹਗੜ ਸਾਹਿਬ ਅਮਲੋ ਖੰਨਾ ਸਮਰਾਲਾ ਸਾਹਨੇਵਾਲ ਪਾਇਲ ਰਾਏਕੋਟ ਤੇ ਅਮਰਗੜ ਅਜੀਬ ਗੱਲ ਕਹਿ ਲਓ ਚਾਹੇ ਘੈਂਟ ਗੱਲ ਕਹਿ ਲਓ ਇਹ ਆ ਕਿ ਜਦੋਂ ਸੇਮ ਉਹੀ 2022 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਹੋਏ ਜਿਹੜੇ 9 ਦੇ 9 ਹਲਕੇ ਨੇ ਉਹ ਆਪ ਦੀ ਝੋਲੀ ਪੈਂਦੇ ਆ ਤੇ ਆਪ ਇਥੋਂ ਵਧੀਆ ਘੈਂਟ ਤਰੀਕੇ ਨਾਲ ਜਿੱਤਦੀ ਆ ਪਰ ਦੇਖਣਾ ਹੁਣ ਹੋਊਗਾ ਕਿ ਢਾਈ ਸਾਲ ਬਾਅਦ ਜਾਂ ਦੋ ਸਾਲ ਬਾਅਦ ਗਵਰਨਮੈਂਟ ਜਦੋਂ ਬਣ ਗਈ ਸੀ ਤੇ ਹੁਣ ਲੋਕਾਂ ਦਾ ਕਿੱਦਨੂ ਵੋਟ ਪਾਉਂਦੇ ਨੇ ਸੋ ਸਭ ਤੋਂ ਪਹਿਲਾਂ ਪੁਰਾਣੇ ਇਲੈਕਸ਼ਨਾਂ ਦੀ ਜੇ ਅਪਾ ਗੱਲ ਕਰੀਏ ਇਹ ਜਿਹੜੀ ਸੀਟ ਆ ਇਹ ਮਤਲਬ ਕਿ ਕਾਂਗਰਸ ਦੀ ਝੋਲੀ ਪਈ ਮੋਸਟਲੀ ਜੇ ਅਪਾ ਦੇਖੀਏ ਤਿੰਨ ਇਲੈਕਸ਼ਨ ਠੀਕ ਆ ਤੇ 2009 ਦੇ ਵਿੱਚ ਸਭ ਤੋਂ ਪਹਿਲਾਂ ਕਾਂਗਰਸ ਜਿਹੜੀ ਇਹ ਸੀਟ ਦਿੰਦੀ ਆ ਉਹ ਦਿੰਦੀ ਆ ਸੁਖਦੇਵ ਸਿੰਘ ਲਿਬਰਾਨ ਸਲਦੇਵ ਸਿੰਘ ਲਿਬਰਾ ਇਥੋਂ ਜਦੋਂ ਇਲੈਕਸ਼ਨ ਲੜਦੇ ਨੇ ਤੇ ਉਹਨਾਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਹੁੰਦੇ ਨੇ ਲਿਬਰਾ ਹੁਲਾ ਨੂੰ ਵੋਟ ਪੈਂਦੀ ਆ 46.96% ਤੇ ਨਾਲ ਦੀ ਨਾਲ ਦੂਜੇ ਪਾਸੇ ਅਟਵਾਲ ਸਾਹਿਬ ਹੁਣੀ ਵੋਟ ਲੈ ਕੇ ਜਾਂਦੇ ਆ 42.86% ਸੋ ਵੋਟ ਪਰਸੈਂਟ ਕਾਫੀ ਘੱਟ ਆ ਮਤਲਬ ਕਿ ਫੇਰ ਵੀ ਚਲੋ ਕਾਂਗਰਸ ਇਹ ਸੀਟ ਜਿੱਤ ਜਾਂਦੀ ਆ 14 ਦੇ ਵਿੱਚ ਜਦੋਂ ਆਪ ਦੀ ਥੋੜੀ ਥੋੜੀ ਵੇਵ ਸ਼ੁਰੂ ਹੁੰਦੀ ਆ ਤੇ ਆਪ ਦੇ ਜਦੋਂ 14 ਦੇ ਵਿੱਚ 4 MP ਜਿੱਤਦੇ ਆ ਉਹਨਾਂ ਵਿੱਚੋਂ 1 MP ਇੱਥੋਂ ਵੀ ਜਿੱਤਦਾ ਆ 14 ਦੇ ਵਿੱਚ ਆਪ ਹਰਿੰਦਰ ਸਿੰਘ ਖਾਲਸਾ ਉਹਨਾਂ ਨੂੰ ਇੱਥੋਂ ਖੜਾ ਕਰਦੀ ਆ ਤੇ ਖਾਲਸਾ ਹਣੀ 35.62% ਵੋਟ ਇੱਥੋਂ ਲੈ ਕੇ ਜਿੱਤਦੇ ਨੇ ਉਹਨਾਂ ਦੇ ਖਿਲਾਫ ਜੇ ਦੇਖੀਏ ਤਾਂ ਕਾਂਗਰਸ ਦੇ ਹੀ ਦੂਜੇ ਨੰਬਰ ਤੇ ਸਾਧੂ ਸਿੰਘ ਰਹਿੰਦੇ ਨੇ ਜਿਹਨਾਂ ਨੂੰ 30.37% ਵੋਟ ਪੈਂਦੀ ਆ ਤੇ ਨਾਲ ਦੀ ਨਾਲ ਜੀ ਆਪਾਂ ਅਕਾਲੀ ਦਲ ਦੀ ਇਥੋਂ ਵੋਟ ਪਰਸੈਂਟੇਜ ਦੀ ਗੱਲ ਕਰੀਏ ਕਲਵੰਤ ਸਿੰਘ ਹੁਣੀ 30.34% ਸੋ ਜਿਹੜੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ ਹੈ ਬਹੁਤ ਘੱਟ ਰਹਿ ਜਾਂਦਾ ਲਾਈ ਮਤਲਬ ਕਿ 30.37 ਤੇ 30.34 ਸੋ ਲਾਈਕ 0.03% ਦੇ ਨਾਲ ਇਹ ਦੂਏਤੀਏ ਨੰਬਰ ਤੇ ਆ ਜਾਂਦੇ ਨੇ ਤੇ ਹਰਿੰਦਰ ਸਿੰਘ ਖਾਲਜਾ ਹੁਣੀ ਆਪ ਦੀ ਝੋਲੀ ਇਥੋਂ ਇੱਕ ਸੀਟ ਪਾ ਦਿੰਦੇ ਨੇ ਉਸ ਤੋਂ ਬਾਅਦ 2019 'ਚ ਜਦੋਂ ਆਪਾਂ ਆਉਂਦੇ ਆ ਤਾਂ ਕਾਂਗਰਸ ਇਹ ਸੀਟ ਅਮਰ ਸਿੰਘ ਹੁਣਾਂ ਨੂੰ ਦੇ ਦਿੰਦੀ ਆ ਤੇ ਅਕਾਲੀ ਦਲ ਹੁਣੀ ਉੱਥੋਂ ਆਪਣਾ ਕੈਂਡੀਡੇਟ ਦਰਬਾਰਾ ਸਿੰਘ ਗੁਰੂ ਹੁਣਾਂ ਨੂੰ ਖੜਾ ਕਰਦੇ ਨੇ ਇੱਥੋਂ ਸੀਟ ਅਮਰ ਸਿੰਘ ਹੁਣੀ ਜਿੱਤ ਜਾਂਦੇ ਨੇ ਜਿਹੜੇ ਕਿ ਕਾਂਗਰਸ ਦੇ ਹੁੰਦੇ ਨੇ ਸੋ ਕਾਂਗਰਸ ਨੂੰ ਜਿਹੜੀ ਵੋਟ ਪਰਸੈਂਟੇਜ ਪੈਂਦੀ ਆ ਉਹ ਪੈਂਦੀ ਆ 48.75% ਵੋਟ ਪੈਂਦੀ ਆ ਤੇ ਨਾਲ ਦੀ ਨਾਲ ਅਕਾਲੀ ਦਲ ਉੱਥੋਂ 32.23% ਲੈ ਕੇ ਹਾਰ ਜਾਂਦਾ ਆ ਦੂਜੇ ਨੰਬਰ ਤੇ ਆਉਂਦਾ ਆ ਜੇ ਵੋਟਾਂ ਦੇ ਨੰਬਰਾਂ ਦੀ ਕਾਊਂਟਿੰਗ 'ਚ ਗੱਲ ਕਰੀਏ ਤਾਂ ਕਾਂਗਰਸ ਨੂੰ 411650 ਵੋਟ ਪੈਂਦੀਆਂ ਤੇ ਨਾਲ ਦੀ ਨਾਲ ਜਿਹੜਾ ਅਕਾਲੀ ਦਲ ਹੁੰਦਾ ਆ ਉਹਨੂੰ 3117750 ਵੋਟ ਪੈਂਦੀ ਆ ਸੋ ਲਾਈਕ ਜਿਹੜੀ ਵੋਟ ਮਾਰਜਨ 'ਚ ਡਿਫਰੈਂਸ ਆ ਉਹ ਆਲਮੋਸਟ ਆਲਮੋਸਟ ਜਿਹੜੇ ਅਮਰ ਸਿੰਘ ਹੁਣੀ ਆ ਉਹ 93892 ਵੋਟਾਂ ਨਾਲ ਜਿੱਤਦੇ ਆ ਜਿਹੜੀ ਇਹ ਕਿਥੇ ਘੈਂਟ ਗੱਲ ਮੈਂ ਤੁਹਾਨੂੰ ਦੱਸਦਾ ਹੁਣ ਲੋਕ ਇਨਸਾਫ ਪਾਰਟੀ ਹੈਗੀ ਸੀ ਬੈਂਸ ਭਣਾਵਾਂ ਦੀ ਉਹ ਇਥੋਂ ਆਪਣਾ ਬੰਦਾ ਖੜਾ ਕਰਦੇ ਨੇ ਜਿਹੜੀ ਆ 19 ਦੀ ਇਲੈਕਸ਼ਨ ਆ ਇਥੋਂ ਖੜਦੇ ਨੇ ਮਨਵਿੰਦਰ ਸਿੰਘ ਗਿਆਸਪੁਰਾ ਇਹ ਇਥੋਂ ਵੋਟ ਪਰਸੈਂਟੇਜ ਲੈ ਕੇ ਜਾਂਦੇ ਨੇ 14.43% ਜਿਹੜੀ ਕਿ ਲੋਕ ਸਭਾ ਦੀ ਹੁੰਦੀ ਆ ਬਾਅਦ ਵਿੱਚ ਕੀ ਹੁੰਦਾ ਆ ਇਹ ਜਿਹੜੀ 19 ਦੀ ਇਲੈਕਸ਼ਨ ਤੋਂ ਬਾਅਦ 22 ਦੇ ਵਿੱਚ ਭਾਜੀ ਹੋਣੀ ਗਿਆਸਪੁਰਾ ਹੋਣੀ ਬੈਂਸ ਭਰਾਵਾਂ ਨੂੰ ਛੱਡ ਕੇ ਆਪ ਤੇ ਸ਼ਾਮਲ ਹੁੰਦੇ ਆ ਤੇ ਪਾਇਲ ਤੋਂ ਵਿਧਾਨ ਸਭਾ ਦੀ ਇਲੈਕਸ਼ਨ ਲੜਦੇ ਆ ਤੇ ਪਾਇਲ ਤੋਂ ਆਪ ਦੇ ਉਮੀਦਵਾਰ ਬਣ ਕੇ ਵਿਦਾਂ ਸਭਾ ਜੀ ਪਮ ਜਾਂਦੇ ਜਿੱਤ ਜਾਂਦੇ ਆ ਪਾਇਲ ਤੋਂ ਸੋ ਪਾਰਟੀਆਂ ਚੇਂਜ ਚੁੰਜ ਹੁੰਦੀਆਂ ਹੀ ਰਹਿੰਦੀਆਂ ਮਿੱਤਰੋ ਟੈਨਸ਼ਨ ਨਹੀਂ ਲੈਣੀ ਤੁਸੀਂ ਹੁਣ ਜਦੋਂ 24 ਦੀ ਇਲੈਕਸ਼ਨ ਆਈ ਤੇ 24 ਦੀ ਇਲੈਕਸ਼ਨ ਚ ਕਾਂਗਰਸ ਨੇ ਫੇਰ ਦੁਬਾਰਤ ਆਪਣਾ ਜਿਹੜਾ ਸਿਟਿੰਗ ਐਮਪੀ ਨੂੰ ਖੜਾ ਕਰਨ ਦੀ ਉਹ ਕਹਿੰਦੇ ਆਪਾਂ ਆਪਣਾ ਹੀ ਬੰਦਾ ਖੜਾ ਕਰ ਦੁੰਦੇ ਆ ਕੋਈ ਗੱਲ ਨਹੀਂ ਦੇਖਦੇ ਆ ਜਿੱਤਦੇ ਆ ਕਿ ਨਹੀਂ ਜਿੱਤਦੇ ਕਿਉਂਕਿ ਕਾਂਗਰਸ ਦੇਖੋ ਤੁਸੀਂ ਕਾਂਗਰਸ 9 ਚ ਵੀ ਜਿੱਤਦੀ ਆ ਕਾਂਗਰਸ 19 ਚ ਵੀ ਜਿੱਤਦੀ ਆ 14 ਜਿਹੜਾ ਸਿਰਫ ਆਪ ਦਾ ਥੋੜਾ ਬੋਤਾ ਦਬਾਅ ਕਰਕੇ ਜਾਂ ਨਵੀਂ ਪਾਰਟੀ ਕਰਕੇ ਆਪ ਜਿੱਤ ਜਾਂਦੀ ਆ ਦੂਏ ਨੰਬਰ ਤੇ ਕਾਂਗਰਸ ਆਉਂਦੀ ਆ ਸੋ ਆ ਆਪਣਾ ਕਾਂਗਰਸ ਨੇ ਇਸ ਵਾਰੀ ਫਿਰ ਦੁਆਰਤੀ ਡਾਕਟਰ ਅਮਰ ਸਿੰਘ ਉਹਨਾਂ ਨੂੰ ਖੜਾ ਕੀਤਾ ਇੱਥੋਂ ਅਮਰ ਸਿੰਘ ਹੁਣੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਆ ਕਿ ਐਮਪੀ 2019 ਦੇ ਹੈਗੇ ਨੇ ਸਿਟਿੰਗ ਐਮਪੀ ਨੇ ਇਸੇ ਸੀਟ ਤੋਂ ਤੇ ਮਤਲਬ ਕਿ ਆਲਮੋਸਟ ਆਲਮੋਸਟ 93898 ਵੋਟਾਂ ਨਾਲ ਜਿੱਤਦੇ ਵੀ ਨਹੀਂ ਹਨ ਜੇ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੀਏ ਕਿ ਇਹਨਾਂ ਨੇ 19 ਚ ਇਲੈਕਸ਼ਨ ਲੜੀਆਂ ਪਹਿਲਾਂ ਜੇ ਨਾ ਪਿੱਛੇ ਚਲੀਏ ਬਹੁਤ ਸਾਲ ਪਹਿਲਾਂ ਤਾਂ ਇਹ ਕਾਫੀ ਅਹੁਦਿਆਂ ਤੇ ਰਹੇ ਨੇ ਇਹ 1997 ਤੋਂ ਲੈ ਕੇ 2004 ਤੱਕ ਸੈਕਟਰੀ ਰਹਿੰਦੇ ਆ ਗਵਰਨਮੈਂਟ ਆਫ ਮਧਿਆ ਪ੍ਰਦੇਸ਼ ਦੇ ਫਿਰ ਇਹ 4 ਤੋਂ ਲੈ ਕੇ 10 ਤੱਕ ਜੁਆਇੰਟ ਸੈਕਟਰੀ ਰਹਿੰਦੇ ਆ ਇੰਡੀਆ ਦੇ ਠੀਕ ਹੈ ਬਹੁਤ ਵਧੀਆ ਪੋਸਟਾਂ ਤੇ ਰਹੇ ਆ ਫਿਰ 2010 ਤੋਂ ਲੈ ਕੇ 12 ਤੱਕ ਇਹ ਐਗਜ਼ੀਕਿਟਿਵ ਡਾਇਰੈਕਟਰ ਰਹਿੰਦੇ ਨੇ ਐਫਸੀਆਈ ਦੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਉਸ ਤੋਂ ਬਾਅਦ 12 ਦੇ ਵਿੱਚ ਇਹ ਐਮ ਡੀ ਤੇ ਚੇਅਰਮੈਨ ਬਣ ਜਾਂਦੇ ਆ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਸੋ ਕਾਫੀ ਵੱਡੀਆਂ ਰੈਂਕਾਂ ਦੇ ਰਹੇ ਨੇ ਤੇ ਨਾਲ ਦੀ ਨਾਲ ਫਿਰ 2014 ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਆਫ ਪੰਜਾਬ ਕਾਂਗਰਸ ਸੋ ਡਾਕਟਰ ਅਮਰ ਸਿੰਘ ਹੁਣੀ ਕਾਫੀ ਵੱਡੀਆਂ ਰੈਂਕਾਂ ਦੇ ਰਹਿੰਦੇ ਰਹਿੰਦੇ ਹੁਣ ਐਮ ਪੀ ਵੀ ਬਣ ਗਏ ਨੇ ਤੇ ਹੁਣ ਫਿਰ ਦੁਬਾਰਤ ਹੀ ਫਤਿਹਗੜ ਸਾਹਿਬ ਤੋਂ ਐਮ ਪੀ ਦੀ ਸੀਟ ਲਈ ਲੜ ਰਹੇ ਨੇ ਇਸ ਦੇ ਨਾਲ ਦੀ ਨਾਲ ਫਿਰ ਆਪਾਂ ਹੁਣ ਜਿਹੜੀ ਸੱਤਾਧਰ ਪਾਰਟੀ ਹੁੰਦੀ ਆ ਪੰਜਾਬ ਦੀ ਆਪਾਂ ਉਹਦੀ ਗੱਲ ਕਰਦੇ ਆ ਤੇ ਆਪ ਆਪਨੇ ਇਸ ਵਾਰੀ ਫਿਰ ਉਹੀ ਗੱਲ ਕਿ ਕਦੇ ਏਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਤਲੀयां ਹਾਰ ਗਾ ਇਹਨਾਂ ਨੇ ਇਸ ਵਾਰੀ ਆਪਨੇ ਜਿਹੜੀ ਟਿਕਟ ਦਿੱਤੀ ਆ ਉਹ ਦਿੱਤੀ ਆ ਕਾਂਗਰਸ ਦੇ ਫਾਰਮਰ ਐਮਐਲਏ ਕਾਂਗਰਸ ਦੇ ਐਮਐਲਏ ਰਹਿੰਦੇ ਆ ਬੱਸੀ ਪਠਾਨਾ ਤੋਂ 2017 ਦੇ ਵਿੱਚ ਗੁਰਪ੍ਰੀਤ ਸਿੰਘ ਜੀਪੀ ਜੀਪੀ ਹੁਣੀ ਇਸ ਵਾਰੀ 2024 ਦੇ ਵਿੱਚ ਹੁਣ ਇਲੈਕਸ਼ਨ ਲੜ ਰਹੇ ਆ ਐਮਪੀ ਦੀ ਆਪ ਵੱਲੋਂ ਬਟ ਇਹਨਾਂ ਨੇ 17 ਚ ਐਮਐਲਏ ਬਣਦੇ ਆ ਬੱਸੀ ਪਠਾਨਾ ਤੋਂ ਕਾਂਗਰਸ ਵੱਲੋਂ ਫਿਰ 2022 ਦੇ ਵਿੱਚ ਫਿਰ ਦੁਬਾਰਤ ਇਹ ਕਾਂਗਰਸ ਦੀ ਹੀ ਟਿਕਟ ਤੋਂ ਬੱਸੀ ਪਠਾਣਾ ਤੋਂ ਹੀ ਫਿਰ ਲੜਦੇ ਆ ਐਮਐਲਏ ਦੀ ਟਿਕਟ ਤੇ ਤੇ ਉਹ ਹਾਰ ਜਾਂਦੇ ਨੇ ਹੁਣ ਤੁਹਾਨੂੰ ਵੋਟਾਂ ਦਾ ਫਰਕ ਮੈਂ ਦੱਸ ਦਾਂ ਕਿ 2017 ਦੇ ਵਿੱਚ ਜਦੋਂ ਇਹ ਜਿੱਤਦੇ ਨੇ ਇਹਨਾਂ ਨੂੰ ਵੋਟ ਪੈਂਦੀ ਆ 47309 2017 ਚ ਐਮਐਲਏ ਬਣ ਜਾਂਦੇ ਨੇ ਜਦੋਂ 2022 ਦੇ ਵਿੱਚ ਆਪ ਦੇ ਖਿਲਾਫ ਲੜਦੇ ਨੇ ਤੇ ਆਪ ਦਾ ਜਦੋਂ ਝਾੜੂ ਝਾੜੂ ਫਿਰਦਾ ਆ ਇਹਨਾਂ ਦੀ ਵੋਟ ਜਿਹੜੀ ਰਹਿ ਜਾਂਦੀ ਹੈ ਉਹ ਰਹਿ ਜਾਂਦੀ ਹੈ 16177 ਤੇ ਦੂਜੇ ਨੰਬਰ ਤੇ ਆਉਂਦੇ ਨੇ ਤੇ ਹਾਰ ਜਾਂਦੇ ਨੇ ਸੋ ਵੋਟ ਪੰਜਾਂ ਸਾਲਾਂ 'ਚ 30000 ਵੋਟ ਇਹਨਾਂ ਦੀ ਡਿੱਗ ਗਈ ਤੇ ਹੁਣ ਦੇਖਦੇ ਆ ਜਦੋਂ ਇਹ ਜਦੋਂ ਇੱਕ ਇੱਕ ਬੰਦੇ ਦਾ ਇੱਕ ਹਲਕੇ 'ਚ ਪ੍ਰਭਾਵ ਹੁੰਦਾ ਤੇ ਹੁਣ ਨੌ ਹਲਕਿਆਂ ਦੇ ਵਿੱਚ ਵਿਚਰਨਾ ਆ ਤੇ ਦੇਖਦੇ ਆ ਕਿ ਗੁਰਪ੍ਰੀਤ ਸਿੰਘ ਜੀ ਪੀ ਇਹ ਸੀਟ ਜਿੱਤ ਕੇ ਆਪ ਦੀ ਝੋਲੀ ਪਾਉਂਦੇ ਆ ਜਾਂ ਫਿਰ ਦੂਜੀ ਵਾਰੀ ਫੇਰ ਹਾਰ ਜਾਂਦੇ ਆ ਇਹ ਦੇਖਣਾ ਹੋਊਗਾ ਸੋ ਅਗੇਨ ਭਗਵੰਤ ਮਾਨ ਹੁਣੀ ਜਿਵੇਂ ਕਹਿੰਦੇ ਆ ਕਦੇ ਏਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਦਿੱਤਨੀ ਯਾਰ ਕਾ ਇਹਨਾਂ ਨੇ ਇੱਕ ਤਿਤਲੀ ਇੱਥੋਂ ਵੀ ਖੜੀ ਕਰ ਦਿੱਤੀ ਆ ਇੱਕ ਇੱਥੇ ਮੈਂ ਚਲੋ ਪਹਿਲਾਂ ਮੈਂ ਦੱਸ ਦਵਾਂ ਕੌਣ ਆ ਬੰਦਾ ਫਿਰ ਮੈਂ ਤੁਹਾਨੂੰ ਦੱਸੂਗਾ ਐਂਡ 'ਚ ਹੁਣ ਆਪਾਂ ਆਉਂਦੇ ਆ ਅਕਾਲੀ ਦਲ ਤੇ ਜਿਹੜਾ ਕਿ ਦੂਜੇ ਕਿ ਨੰਬਰ ਤੇ ਰਹਿੰਦਾ ਹੁੰਦਾ ਹਣਾ ਮਤਲਬ ਕਿ ਇਸ ਸੀਟ ਤੋਂ ਮੈਂ ਗੱਲ ਕਰਦਾ ਹਣਾ ਫਤਿਹਗੜ ਸਾਹਿਬ ਤੋਂ ਅਕਾਲੀ ਦਲ ਨੇ ਵਿਕਰਮਜੀਤ ਸਿੰਘ ਖਾਲਸਾ ਉਹਨਾਂ ਨੂੰ ਖੜਾ ਕੀਤਾ ਆ ਕਾਲ ਤਾਹੋਂ ਨੀਆਂ ਦੋ ਕੁਪਲਬਦੀਆਂ ਨੇ ਬਸ ਬਹੁਤ ਘੱਟ ਟਾਈਮ 'ਚ ਪਤਾ ਲੱਗ ਜਾਈਆਂ ਤੁਹਾਨੂੰ ਹੁਣ ਕਿ 1997 ਦੇ ਵਿੱਚ ਇਹ ਐਮਐਲਏ ਬਣਦੇ ਨੇ ਦਾਖਾਂ ਤੋਂ ਤੇ ਉਸ ਤੋਂ ਬਾਅਦ 2007 ਦੇ ਵਿੱਚ ਇਹ ਐਮਐਲਏ ਬਣਦੇ ਨੇ ਖੰਨੇ ਤੋਂ ਸਿਰਫ ਇਹ ਦੋ ਚੀਜ਼ਾਂ ਇਹਨਾਂ ਦੀਆਂ ਮੈਨੂੰ ਪਤਾ ਲੱਗੀਆਂ ਆਨਲਾਈਨ ਉਹ ਉਹ ਮੈਂ ਤੁਹਾਨੂੰ ਦੱਸਤੀਆਂ ਠੀਕ ਆ ਸੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਕਈ ਸੀਟਾਂ ਦੇ ਨਾ ਵੈਸੇ ਹੀ ਉਹੀ ਬੰਦੇ ਖੜੇ ਕਰਦੇ ਗਏ ਜਿਵੇਂ ਹੁੰਦਾ ਨਹੀਂ ਆ ਕਿ ਖੜਾ ਬੰਦਾ ਖੜਾ ਕਰਨਾ ਹੀ ਆ ਤੇ ਕਹਿੰਦੇ ਚਲੋ ਕੋਈ ਕਿਸੇ ਨੂੰ ਵੀ ਕਰ ਦੋ ਹਰਾਣਾ ਹੀ ਆ ਹਨਾ ਤੇ ਇਸ ਤੋਂ ਬਾਅਦ ਆਪਾਂ ਆਉਂਦੇ ਹਾਂ ਬੀਜੇਪੀ ਤੇ ਬੀਜੇਪੀ ਨੇ ਬੀਜੇਪੀ ਨੇ ਨਾ ਬਹੁਤ ਵਾਰੀ ਕਈ ਵਾਰੀ ਤੁਸੀਂ ਬੀਜੇਪੀ ਦੀ ਜਦੋਂ ਕੋਈ ਮੀਟਿੰਗ ਹੁੰਦੀ ਹੈ ਕਈ ਵਾਰੀ ਜਦੋਂ ਦੇਖਦੇ ਆਂ ਨਾ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਮੀਟਿੰਗ ਬੀਜੇਪੀ ਦੀ ਆ ਕਿ ਕਾਂਗਰਸ ਦੀ ਆ ਕਿਉਂਕਿ ਇੰਨੇ ਕ ਕਾਂਗਰਸੀ ਬੀਜੇਪੀ ਵਾਲ ਚੱਲ ਗਏ ਕਿ ਸਾਲਾ ਪਤਾ ਨਹੀਂ ਲੱਗ ਰਿਹਾ ਹੁਣ ਹੁਣ ਅਸੀਂ ਗੱਲ ਕਰਦੇ ਆਂ ਬੀਜੇਪੀ ਦੇ ਕੈਂਡੀਡੇਟ ਦੀ ਬੀਜੇਪੀ ਦਾ ਕੈਂਡੀਡੇਟ ਹੈਗਾ ਗੇਜਾਰਾਮ ਵਾਲਮੀਕੀ ਇਹਨਾਂ ਦਾ ਪੋਲੀਟਿਕਲ ਕੈਰੀਅਰ ਮਤਲਬ ਕਿ ਪਹਿਲਾਂ ਐਮਐਲਏ ਤਾਂ ਮੈਨੂੰ ਨਹੀਂ ਪਤਾ ਲੱਗਾ ਕਿ ਹੈਗੇ ਸੀ ਕਿ ਨਹੀਂ ਸੀਗੇ ਬਟ 2019 ਦੀ ਜਿਹੜੀ ਕੈਪਟਨ ਗਵਰਨਮੈਂਟ ਹੁੰਦੀ ਆ ਉਹਦੇ ਚ ਇਹਨਾਂ ਨੂੰ ਚੀਰਮੈਨ ਲਾਇਆ ਜਾਂਦਾ ਉਸ ਤੋਂ ਬਾਅਦ ਚੰਨੀ ਗਵਰਨਮੈਂਟ ਦੇ ਵਿੱਚ ਵੀ ਇਹਨਾਂ ਨੂੰ ਕੈਬਿਨੇਟ ਰੈਂਕ ਦਿੱਤਾ ਜਾਂਦਾ ਠੀਕ ਆ ਸੋ ਮਤਲਬ ਕਿ ਜੇ ਤੁਸੀਂ ਇਹ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਕਾਂਗਰਸ ਦੇ ਬੰਦੇ ਆ ਠੀਕ ਆ ਉਸ ਤੋਂ ਬਾਅਦ ਜਗਰਾਉਂ ਜਿਹੜਾ ਹਲਕਾ ਆ ਅਸੈਂਬਲੀ ਹਲਕਾ ਆ ਉੱਥੇ ਤਾਂ ਇਹਨਾਂ ਨੂੰ ਇਨਚਾਰਜ ਲਾਇਆ ਜਾਂਦਾ ਕਾਂਗਰਸ ਵੱਲੋਂ ਬਟ ਕੀ ਹੁੰਦਾ ਆ ਕਿ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਜਗਰਾਉਂ ਤੋਂ ਤੇ ਇਹ ਫਿਰ ਜਿਵੇਂ ਰੁੱਸ ਜਾਂਦੇ ਆ ਬੰਦੇ ਰੁੱਸ ਕੇ ਭਾਜੀ ਵੀ ਨਹੀਂ ਕਹਿੰਦੇ ਮੈਂ ਪਾਰਟੀ ਛੱਡਤੀ ਸੋ ਉਹਨਾਂ ਨੇ ਪਾਰਟੀ ਛੱਡ ਦਿੱਤੀ ਸੀ 2024 ਦੀ ਫੈਬ ਦੇ ਵਿੱਚ ਇਹ ਬੀਜੇਪੀ ਚ ਸ਼ਾਮਲ ਹੋ ਜਾਂਦੇ ਆ ਤੇ ਹੁਣ ਇਹਨਾਂ ਨੂੰ ਬੀਜੇਪੀ ਨੇ ਇਥੋਂ ਟਿਕਟ ਦਿੱਤੀ ਹਾਲਾਂਕਿ ਇਹ ਟਿਕਟ ਸਭ ਤੋਂ ਲਾਸਟ ਅਨਾਉਂਸ ਹੋਈ ਆ ਸੋ ਗੇਜਰਮ ਵਾਲਮੀਕੀ ਹੋਣੀ ਬੀਜੇਪੀ ਤੋਂ ਇੱਥੇ ਕੈਂਡੀਡੇਟ ਨੇ ਤੇ ਹਾਲਾਂਕਿ ਮੈਨੂੰ ਲੱਗਦਾ ਕੋਈ ਹਾਲਾਂਕਿ ਮੈਂ ਗਲਤ ਵੀ ਹੋ ਸਕਦਾ ਲੋਕਾਂ ਦਾ ਨਹੀਂ ਪਤਾ ਬਟ ਤੀਏ ਚੌਥੇ ਦੀ ਇਹਨਾਂ ਦੀ ਦੌੜ ਦੌੜ ਹੋਊਗੀ ਹੁਣ ਇੱਥੇ ਇੱਕ ਗੱਲ ਜਿਹੜੀ ਮੈਨੂੰ ਦੱਸਣੀ ਸੀਗੀ ਕਿ ਜਿਵੇਂ ਚੰਨੀ ਕੇਪੀ ਤੇ ਰਿੰਕੂ ਇੱਕ ਸੀਟ ਤੋਂ ਲੜ ਰਹੇ ਨੇ ਤਿੰਨੋਂ ਕਾਂਗਰਸੀ ਫਿਰ ਬਿੱਟੂ ਰਾਜਾ ਤੇ ਪੱਪੀ ਤਿੰਨੋਂ ਲੜ ਰਹੇ ਨੇ ਇੱਕੋ ਸੀਟ ਤੋਂ ਕਾਂਗਰਸੀ ਉਵੇਂ ਹੀ ਇੱਥੇ ਵੀ ਅਮਰ ਸਿੰਘ ਤੇ ਉਸ ਤੋਂ ਬਾਅਦ ਗੇਜਾਰਾਮ ਵਾਲਮੀਕੀ ਤੇ ਜੀਪੀ ਤਿੰਨੋਂ ਕਾਂਗਰਸੀ ਕਾਂਗਰਸ ਦੇ ਬੰਦੇ ਆਪਸ ਵਿੱਚ ਲੜੀ ਜਾ ਰਹੇ ਨੇ ਕਾਂਗਰਸੀ ਵੋਟ ਆਪਸ ਵਿੱਚ ਟੁੱਟੀ ਜਾਣੀ ਆ ਤੇ ਇਹਦਾ ਫਾਇਦਾ ਕਿਹਨੂੰ ਹੁੰਦਾ ਇਹ ਤੁਹਾਨੂੰ ਆਨਲਾਈਨ ਟਾਈਮ 'ਚ ਪਤਾ ਲੱਗ ਹੀ ਜਾਣਾ ਆਉਣ ਵਾਲੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਬਹੁਤ ਵਧੀਆ-ਵਧੀਆ ਹਲਕੇ ਅੱਗੇ ਆ ਰਹੇ ਨੇ ਤਿੰਨ ਹਲਕੇ ਜਿਹੜੇ ਜਮਈ ਘੈਂਟ ਨੇ ਜਮਈ ਹੌਟ ਨੇ ਐਂਡ ਚ ਆਨੇ ਨੇ ਉਹ ਬਠਿੰਡਾ ਸੰਗਰੂਰ ਤੇ ਪਟਿਆਲਾ ਤਿੰਨਾ ਪਰਿਵਾਰਾਂ ਦੀ ਹੋਂਦ ਆ ਉੱਥੋਂ ਠੀਕ ਆ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ